ਇਹ ਸ਼ਾਨਦਾਰ ਫੜਫੜਾਉਣ ਵਾਲਾ ਪੰਛੀ ਜਪਾਨ ਦੇ ਬੱਚੇ ਕਰੀਬ 300 ਸਾਲਾਂ ਤੋਂ ਬਣਾ ਰਹੇ ਹਨ। ਇੱਕ ਚੌਕੌਰ ਕਾਗਜ਼ ਦੇ ਟੁਕੜੇ ਨੂੰ ਲੈ ਕੇ ਇਸ ਨੂੰ ਕ੍ਰਿਸ ਕ੍ਰੋਸ ਮੋੜੋ ਤਾਂ ਕਿ ਗੁਣਾ ਦਾ ਸਾਈਨ ਬਣ ਜਾਵੇ। ਇਸ ਨੂੰ ਪੁੱਠਾ ਕਰੋ ਅਤੇ ਇਸ ਨੂੰ ਜਮ੍ਹਾਂ ਦੇ ਸਾਈਨ ਵਾਂਗੂ ਮੋੜੋ। ਇਸ ਨੂੰ ਇੱਕ ਚੌਥਾਈ ਘੁਮਾਓ ਅਤੇ ਦੋ ਸਿਰਿਆਂ ਨੂੰ ਫੜ ਕੇ ਜੋੜੋ ਅਤੇ ਫਿਰ ਕਾਗਜ਼ ਨੂੰ ਕੁੱਟ ਦਿਓ ਤਾਂ ਕਿ ਇਹ ਆਪਣੇ ਅਸਲੀ ਆਕਾਰ ਦਾ ਇੱਕ ਚੌਥਾਈ ਬਣ ਜਾਵੇ। ਹੁਣ ਦੋ ਤ੍ਰਿਕੋਣ ਮੋੜੋ ਅਤੇ ਫਿਰ ਇਸ ਦੇ ਸਿਰੇ ਨੂੰ ਮੋੜੋ ਜਿਵੇਂ ਕੋਬਰਾ ਦਾ ਸਿਰ ਹੋਵੇ। ਇਸ ਨੂੰ ਖੋਲ੍ਹੋ ਤਾਂ ਕਿ ਹੀਰੇ ਦਾ ਆਕਾਰ ਬਣ ਜਾਵੇ। ਇਸ ਨੂੰ ਫਿਰ ਉਲਟਾਓ, ਫਿਰ ਦੋ ਤ੍ਰਿਕੋਣ ਮੋੜੋ ਅਤੇ ਇਹ ਤ੍ਰਿਕੋਣੀ ਮੁਕਟ ਖੋਲ੍ਹੋ। ਦੋਨੋਂ ਤ੍ਰਿਕੋਣਾਂ ਨੂੰ ਖੋਲ੍ਹੋ ਅਤੇ ਇਸਦਾ ਫਲੈਪ ਚੁੱਕੋ ਤਾਂ ਕਿ ਦੂਸਰਾ ਹੀਰੇ ਦਾ ਆਕਾਰ ਬਣ ਜਾਵੇ। ਇਸ ਨੂੰ ਓਰੀਗੈਮੀ ਵਿੱਚ ਬਰਡ ਬੇਸ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹਨ ਜੋ ਕਿ ਹਿੱਲ ਸਕਦੇ ਹਨ। ਇੱਕ ਹਿੱਸਾ ਜੋ ਕਿ ਖੰਭਾਂ ਦੇ ਵਿਚਕਾਰ ਹੈ ਉਸਨੂੰ ਮੋੜੋ ਤਾਂ ਕਿ ਪੰਛੀ ਦੀ ਚੁੰਝ ਅਤੇ ਗਰਦਨ ਬਣ ਜਾਵੇ। ਖੰਭਾਂ ਦੇ ਵਿਚਕਾਰ ਦੂਸਰਾ ਪੀਸ ਚੁੱਕੋ ਤਾਂ ਕਿ ਪੰਛੀ ਦੀ ਪੂਛ ਬਣ ਜਾਏ। ਛੋਟੀ ਜਿਹੀ ਚੁੰਝ ਬਣਾਓ ਅਤੇ ਅੱਖ ਲਈ ਇੱਕ ਕਾਲਾ ਨਿਸ਼ਾਨ ਲਗਾਓ। ਹੁਣ ਤੁਸੀਂ ਇਸਦੀ ਗਰਦਨ ਨੂੰ ਫੜ ਕੇ ਪੂਛ ਨੂੰ ਖਿੱਚੋ ਤਾਂ ਇਸਦੇ ਪੰਖ ਹਿੱਲਣਗੇ।